ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਲੁਧਿਆਣਾ ਦੇ ਇਲਾਕਾ ਕੋਟ ਮੰਗਲ 'ਚ ਇੱਕ ਵਿਅਕਤੀ ਵੱਲੋਂ ਇੱਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਪੀੜਿਤ ਲੜਕੀ ਵੱਲੋਂ ਥਾਣਾ ਸ਼ਿਮਲਾਪੁਰੀ 'ਚ ਆਪਣੀ ਰਿਪੋਰਟ ਦਰਜ ਕਰਵਾਈ ਗਈ ਸੀ। ਇਸ ਮਾਮਲੇ ਸੰਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਕਾਨਫਰੰਸ ਕਰ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਲੜਕੇ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਪਿਛਲੇ 1 ਸਾਲ ਤੋਂ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਜਿਸ ਨੂੰ ਲੈ ਕੇ ਕਈ ਵਾਰ ਪੰਚਾਇਤ ਹੋ ਚੁੱਕੀ ਹੈ ਅਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਸ ਲੜਕੀ ਦੀ ਹਿਮਾਇਤ 'ਚ ਉਤਰੇ ਤੇ ਉਹਨਾਂ ਨੂੰ ਡਰਾਉਣ ਧਮਕਾਉਣ ਲੱਗੇ ਅਤੇ ਡਰ ਦੇ ਮਾਰੇ ਉਹ ਘਰੋਂ ਬਾਹਰ ਰਹਿਣ ਲੱਗੇ। ਉਹਨਾਂ ਕਿਹਾ ਕਿ ਬੀਤੇ ਦਿਨ ਲੜਕਾ ਘਰ ਗਿਆ ਸੀ ਜਿੱਥੇ ਉਸਦੀ ਪਤਨੀ ਘਰ ਵਿੱਚ ਸੀ ਅਤੇ ਉਸਦੀ ਆਪਣੀ ਪਤਨੀ ਨਾਲ ਕਹਾ ਸੁਣੀ ਹੋ ਗਈ, ਜਿਸ ਨੂੰ ਲੈ ਕੇ ਦੋਨੋਂ ਆਪਸ ਵਿੱਚ ਭਿੜ ਗਏ। ਉਹਨਾਂ ਕਿਹਾ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਲੜਕੇ ਨਾਲ ਮਾਰਪੀਟ ਹੋ ਚੁੱਕੀ ਹੈ, ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਮੇਰੀ ਬਹੂ ਅੱਜ ਤੋਂ 13 ਮਹੀਨੇ ਪਹਿਲਾਂ ਜੀ ਆਪਣੇ ਮੇਰੇ ਘਰ ਬੇਟੇ ਦੇ ਨਾਲ ਲੜ ਕੇ ਪਿੰਡ ਚਲੇ ਗਈ ਸੀਗੀ। ਅੱਜ ਇਹ 20 ਮਾਰਚ ਨੂੰ ਜਿਹੜੀ ਘਰ ਆਈ ਹੈ ਵੀਹ ਫਰਵਰੀ ਨੂੰ ਜੀ ਧੱਕੇ ਨਾਲ ਬੈਂਸਾਂ ਦੇ ਕਹੇ ਦੇ ਸਾਡੇ ਘਰ ਆਈ ਹੈਗੀ ਹੈ ਜੀ, ਜਿਨ੍ਹਾਂ ਨੇ ਗੁੰਡਾਗਰਦੀ ਦੇ ਨਾਲ ਸਾਡੇ ਘਰ ਵਿੱਚ ਵਾੜਿਆ ਬੈਂਸਾਂ ਨੇ, ਔਰ ਬੈਂਸਾਂ ਦੇ ਨਾਲ ਬੰਦੇ ਸੀ ਉਹਨਾਂ ਦੇ ਜਿਹੜੇ ਕਿ ਸਾਨੂੰ ਕੁੱਟਮਾਰ ਕਰਨ ਨੂੰ ਤਿਆਰ ਸੀਗੇ ਜੀ, ਅਤੇ ਉਹਦੇ ਹੁਣ ਘਰ ਦੇ ਵਿੱਚ ਰਹੇ, ਅਸੀਂ ਆਪਣੇ ਘਰੋਂ ਬਾਹਰ ਰਹਿ ਰਹੇ ਹੈਗੇ ਜੀ, ਮੈਂ ਅਤੇ ਮੇਰੀ ਬੇਟੇ ਅਤੇ ਮੇਰੀ ਪੋਤੀ ਅਤੇ ਮੇਰੇ ਘਰ ਵਾਲੀ ਅਸੀਂ ਬਾਹਰ ਰਹਿ ਰਹੇ, ਮੇਰਾ ਬੇਟਾ ਪੱਖਰਾ ਬਾਹਰ ਰਹਿ ਰਿਹਾ ਹੈਗਾ ਜੀ, ਅਤੇ ਬੈਂਸਾਂ ਨੇ ਸਾਡੇ 'ਤੇ ਬਹੁਤ ਜ਼ੁਲਮ ਕਰ ਰਹੇ ਹੈਗੇ ਜੀ, ਸਾਨੂੰ ਕਹਿੰਦੇ ਕਿ ਸਾਡੇ ਕੋਲ ਆਓ ਅਤੇ ਸਾਡੇ ਕੋਲ ਤੁਸੀਂ ਆ ਕੇ ਸਾਡੇ ਪੈਰੀਂ ਪੈ ਜਾਓ ਤਾਂ ਅਸੀਂ ਤੁਹਾਡਾ ਫੈਸਲਾ ਕਰਾਂਗੇ, ਨਹੀਂ ਤਾਂ ਅਸੀਂ ਨਹੀਂ ਕਰਾਂਗੇ। ਅਤੇ ਅਸੀਂ ਬਹੁਤ ਦੁਖੀ ਹੋਏ ਹੈਗੇ ਜੀ, ਅਤੇ ਇਹਨਾਂ ਦੇ ਬੈਂਸਾਂ ਦੇ ਤਾਂ ਇਹ ਕਹਿੰਦੇ ਹੈਗੇ ਜੀ, ਹੁਣ ਇਹ ਬੈਂਸਾਂ ਦੇ ਧੱਕੇ ਚੜੇ ਹੋਏ ਹੈਗੇ ਜੀ, ਅੱਗੇ ਪੰਚਾਇਤੀ ਸਮਝੌਤੇ ਰਿਸ਼ਤੇਦਾਰਾਂ ਵਿੱਚ ਸਮਝੌਤੇ ਹੁੰਦੇ ਜਿਹਦੇ ਲੜਕੀ ਅਸੀਂ ਘਰ ਆ ਜਾਂਦੀ ਹੁੰਦੀ ਸੀ, ਐਤਕੀ ਬੈਂਸਾਂ ਦੇ ਧੱਕੇ ਚੜ੍ਹਨ ਕਰਕੇ ਸਾਡਾ ਘਰ ਇਹਨਾਂ ਨੇ ਉਜਾੜ ਦਿੱਤਾ, ਮੇਰੇ ਬੇਟੇ ਦਾ ਅਤੇ ਮੇਰਾ ਘਰ ਉਜਾੜ ਦਿੱਤਾ ਜੀ, ਮੇਰੀ ਪੋਤੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਇਹਨਾਂ ਨੇ, ਸਾਰੀ ਰੋਲ ਦਿੱਤੀ ਹੈਗੀ ਹੈ ਜੀ। ਮੰਗ ਇਹੀ ਕਰਦੇ ਜੀ, ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ ਜੀ, ਅਤੇ ਸਾਨੂੰ ਜਾਂ ਤਾਂ ਇੱਦਾਂ ਦੀ ਲੜਕੀ ਕੋਲੋਂ ਛੁਟਕਾਰਾ ਦਵਾਇਆ ਜਾਵੇ ਜੀ, ਬੈਂਸਾਂ ਕੋਲੋਂ ਸਾਨੂੰ ਛੁਟਕਾਰਾ ਦਵਾਇਆ ਜਾਵੇ ਜੀ, ਸਾਡੇ ਘਰ ਦੇ ਤਾਲੇ ਤੋੜ ਦੇ ਤੋੜਵਾ ਦਿੱਤੇ ਇਹਨਾਂ ਨੇ, ਸਾਡੇ ਘਰ ਦੇ ਅੰਦਰੋਂ ਤਾਲੇ ਸਾਰੇ ਤੋੜ ਦਿੱਤੇ, ਸਾਡਾ ਸਮਾਨ ਚੋਰੀ ਹੋ ਗਿਆ ਹੈਗਾ ਜੀ, ਜਿਹੜਾ ਕਿ ਸਾਨੂੰ ਅਜੇ ਤੱਕ ਪਤਾ ਨਹੀਂ ਕੀ ਸਾਡਾ ਸਮਾਨ ਚੋਰੀ ਹੋ ਗਿਆ ਜੀ, ਸਭ ਕੁਝ ਛੱਡ ਕੇ ਉੱਥੇ ਤਾਲੇ ਲਗਾ ਕੇ ਅਸੀਂ ਘਰੋਂ ਬਾਹਰ ਆ ਗਏ ਜੀ। ਕੱਲ੍ਹ ਬੇਟਾ ਨੂੰ ਪਤਾ ਲੱਗਾ ਸੀਗਾ ਜੀ ਕਿ ਇਹਨਾਂ ਨੇ ਕੁਛ ਅੰਸਰ ਅੰਦਰ ਮੇਰੇ ਘਰ ਦੇ ਵਿੱਚ ਕੁਛ ਅੰਸਰਾਂ ਨੂੰ ਬਿਠਾਇਆ ਹੋਇਆ ਹੈਗਾ ਜੀ, ਬੇਟਾ ਦੇਖਣ ਗਿਆ ਸੀਗਾ ਜੀ, ਜਦੋਂ ਦੇਖਣ ਗਿਆ ਤਾਂ ਲੜਕੀ ਨੇ ਜੋ ਸਾਨੂੰ ਪਤਾ ਲੱਗਾ ਕਿ ਲੜਕੀ ਨੇ ਜੋ ਸੀਗਾ ਕਿ ਉਸ ਵੇਲੇ ਬੇਟੇ ਦੇ ਥੱਪੜ ਮਾਰਿਆ, ਅਤੇ ਥੱਪੜ ਮਾਰਿਆ ਤਾਂ ਫਿਰ ਬੇਟੇ ਨੇ ਵੀ ਉਹਨੂੰ ਫੜਿਆ ਹੈਗਾ ਜੀ, ਜਿਹਦੀਆਂ ਫੋਟੋਆਂ ਵੀ ਸਾਡੇ ਕੋਲ ਹੈਗੀਆਂ ਜੀ, ਕਿ ਜਿਹੜੀਆਂ ਉਹਦੇ ਕੋਈ ਕੱਪੜੇ ਕੁੱਪੜੇ ਫਾਟੇ ਹੈਗੇ ਜੀ, ਅਤੇ ਉਹ ਬਾਹਰ ਉਹਨੇ ਫਿਰ ਆਪਣੇ ਬਚਾ ਲਏ, ਉਹਨੇ ਬਾਹਰ ਨੂੰ ਆਇਆ ਅਤੇ ਉਹਦੇ ਹੱਥ ਜਿਹੜੇ ਸੀ ਬਾਹਰ ਫਿਰ ਲੜਾਈ ਝਗੜਾ ਜੋ ਵੀ ਇਹਨਾਂ ਦਾ ਆਪਸ 'ਚ ਮੀਆਂ ਬੀਬੀ ਦਾ ਹੋਇਆ ਜੀ, ਉਹ ਤੁਹਾਡੇ ਸਾਹਮਣੇ ਹੈਗਾ ਜੀ। ਜੇ ਕੋਈ ਬੰਦਾ ਕਿਸੇ ਨੂੰ ਕੁੱਟਦਾ ਹੋਵੇ ਤਾਂ ਉਹ ਆਪਣੇ ਜਾਨ ਬਚਾਉਣ ਲਈ ਭੱਜਦਾ ਹੁੰਦਾ ਹੈ, ਨਾ ਕਿ ਮਾਰਨ ਵਾਲੇ ਦੇ ਪਿੱਛੇ ਭੱਜਦਾ ਹੈਗਾ ਜੀ। ਸਾਡੀ ਨੂੰ 13 ਮਹੀਨੇ ਤੋਂ, ਯਾਨੀ ਕਿ ਪਿਛਲੇ 12 ਫਰਵਰੀ 2018 ਤੋਂ ਆਪਣੇ ਪੇਕੇ ਘਰ ਰਹਿ ਗਏ ਰਹੀ ਸੀ, ਅਤੇ ਹੁਣ ਅਚਾਨਕ ਹੀ ਉਹ 20 ਫਰਵਰੀ 2019 ਨੂੰ ਸਾਡੇ ਘਰ ਕੁਛ ਅੰਸਰਾਂ ਨੂੰ ਨਾਲ ਲੈ ਕੇ ਅੰਦਰ ਦਾਖਲ ਹੋ ਗਈ ਹੈ, ਅਤੇ ਜਦੋਂ ਅਸੀਂ ਉਹਦੀ ਕੰਪਲੇਂਟ ਕੀਤੀ, ਉਹ ਬੈਂਸਾਂ ਦੇ ਬੰਦੇ ਸੀ, ਉਹ ਸਾਨੂੰ ਕਹਿੰਦੇ ਕਿ ਬੈਂਸਾਂ ਨੇ ਇਹਨੂੰ ਭੇਜਿਆ ਵਾ, ਇਹਨੂੰ ਅੰਦਰ ਵੀ ਤੁਸੀਂ ਵਾੜਨਾ ਹੈਗਾ ਆ, ਅਤੇ ਉਹ ਇਸ ਕਰਕੇ ਉਹ ਫਿਰ ਜਿਹੜੇ ਬੰਦੇ ਸੀਗੇ, ਇਸ ਕਰਕੇ ਅਸੀਂ ਉਹ ਘਰ ਛੱਡ ਕੇ ਬਾਹਰ ਆ ਗਏ। ਉਸ ਤੋਂ ਬਾਅਦ ਵੀ ਇਹ ਬੰਦੇ ਆਏ ਆ, ਮੈਂ ਉਹਨਾਂ ਦੀ ਵੀਡੀਓ ਵੀ ਬਣਾਈ ਆ, ਮੇਰੇ ਕੋਲ ਉਹਦੀ ਫੋਟੋ ਵੀ ਹੈਗੀ ਆ, ਅਤੇ ਉਹ ਕਹਿੰਦੇ ਪਏ ਆ ਕਿ ਉਹ ਪਤਾ ਨਹੀਂ ਕੀ ਕਰਕੇ ਅੰਦਰੋਂ ਆਏ, ਸਾਨੂੰ ਨਹੀਂ ਪਤਾ, ਅਸੀਂ ਉਸ ਦਿਨ ਤੋਂ ਬਾਅਦ ਅਸੀਂ ਆਪਣੇ ਘਰ ਨਹੀਂ ਵੜੇ ਹੈਗੇ, ਅਤੇ ਜੇ ਗਏ ਵੀ ਆ 1-2 ਵਾਰੀ ਤਾਂ ਅਸੀਂ ਆਪਣੇ ਜਾਣੇ ਹਾਂ। ਫਿਰ ਸਾਨੂੰ ਸਾਰੀਆਂ ਜਨਾਨੀਆਂ ਨੇ ਕਿਹਾ ਕਿ ਤੁਸੀਂ ਬੈਂਸ ਕੋਲ ਜਾਓ, ਬਸ ਇੱਕੋ ਹੀ ਗੱਲ ਤੋਂ ਜੋ ਵੀ ਕੋਈ ਪੁੱਛਦੇ ਹਾਂ ਅਸੀਂ ਬੈਂਸ ਨਾਲ ਗੱਲ ਕਰੋ, ਜੋ ਵੀ ਅਸੀਂ ਉਹਦੇ ਮਾਂ ਬਾਪ ਨੂੰ ਵੀ ਬਹੁਤ ਫੋਨ ਕੀਤੇ, ਕਿਸੇ ਨੇ ਫੋਨ ਨਹੀਂ ਚੱਕਿਆ,
ਸੁਨੇਹੇ ਭੇਜੇ, ਉਹਦੇ ਰਿਸ਼ਤੇਦਾਰਾਂ ਨੂੰ ਵੀ ਭੇਜੇ, ਕਿਸੇ ਨੇ ਫੋਨ ਨਹੀਂ ਚੁੱਕਿਆ, ਇੱਕੋ ਹੀ ਰੱਟ ਪੜੀ ਹੋਈ ਆ, ਬੈਂਸ ਕੋ ਜਾਓ, ਬੈਂਸ ਕੋ ਜਾਓ। ਅਸੀਂ ਬੈਂਸ ਕੋ ਵੀ ਜਨਾਨੀਆਂ ਲੈ ਕੇ ਮੈਂ ਜਾ ਆਈ, 2 ਵਾਰੀ ਜਾ ਆਈ ਹਾਂ। ਛੋਟੇ ਕੋ ਵੀ ਗਏ ਸੀ, ਉਹ ਮਿਲੇ ਨਹੀਂ ਸੀਗੇ। ਵੱਡੇ ਬੈਂਸ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦੀ ਅਸੀਂ ਤੁਹਾਡਾ ਕਰਾਵਾਂਗੇ ਜੀ, ਹੱਲ ਕਰਾਉਂਦੇ ਹਾਂ, ਤੁਹਾਨੂੰ ਸੁਨੇਹਾ ਭੇਜਾਂਗੇ। ਪਰ ਉਹਨਾਂ ਨੇ ਕੋਈ ਹੱਲ ਨਹੀਂ ਕਰਾਇਆ, ਉਲਟਾ ਸਾਡੀ ਗੱਲ ਵਧਾਈ ਜਾਂਦੇ ਆ। ਅਸੀਂ ਇਹੀ ਮੰਗ ਕਰਦੇ, ਸਾਨੂੰ ਇਨਸਾਫ ਦਵਾਇਆ ਜਾਵੇ। ਜੋ ਵੀ ਹੈਗਾ ਆ, ਕੱਲ੍ਹ ਜਿਹੜੀ ਜੋ ਵੀ ਘਟਨਾ ਹੋਈ ਆ, ਉਹ ਸਾਰੀ ਗਲਤ ਆ। ਬਾਕੀ ਜੋ ਵੀ ਹੈਗਾ ਸਾਡੇ ਘਰ ਦੇ, ਉਹ ਸਾਨੂੰ ਪਤਾ ਲੱਗਿਆ ਕਿ ਤਾਲੇ ਤੋੜ ਗਏ, ਸਾਡੇ ਕਮਰਿਆਂ ਦੇ ਤਾਲੇ ਤੋੜ ਗਏ, ਈਵਨ ਅਲਮਾਰੀਆਂ ਦੇ ਵੀ ਤੋੜ ਗਏ। ਅਸੀਂ ਹੁਣ ਉਹ ਚਾਹੁੰਦੇ ਹਾਂ ਕਿ ਪੁਲਿਸ ਨੂੰ ਭੇਜ ਕੇ ਉਹ ਸਾਡੇ ਸਾਰੀ ਇਨਕੁਆਇਰੀ ਕਰਵਾਈ ਜਾਵੇ ਵੀ ਉਹ ਕਿਉਂ ਤੋੜੇ ਗਏ ਆ ਇਹ। ਉੱਥੇ ਦੂਜੇ ਪਾਸੇ ਜਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।